पंजाब के सिविल अस्पताल अक्सर किसी न किसी बात को लेकर सुर्खियों में रहते हैं। ताज़ा मामला पंजाब के गुरदासपुर से सामने आया है, जहां के सिविल अस्पताल में घंटों तक बिजली बंद रही। बिजली बंद होने के कारण मरीजों को भारी परेशानी का सामना करना पड़ा। गर्मी से राहत पाने के लिए मरीजों और उनके पारिवारिक मेंबरों को पंखियों का सहारा लेना पड़ा। ये बात नहीं है कि अस्पताल में जनरेटर नहीं है, लेकिन उसमें डीजल ना होने के कारण वे नहीं चल पाया। इसी की वजह से, बिजली की सप्लाई ना होने की वजह से काफी मरीजों के जो है जरूरी टेस्ट नहीं हो पाए, जिस कारण लोग जो है हताश होकर लौटे और उन्हें प्राइवेट लैब से टेस्ट करवाने पड़े। इस बात से लोगों में काफी रोष पाया गया। मेरा नाम सोनिया है। मेरा भरा बीमार है, लेके आए थे तो मेरा भरा लग रही है कि जब बीमार हो बंदा तो गर्मी लगती है, ठीक है ना। लाइट दो तीन बारी चल गई है, अलागे मेरे एक मरीज है उन्होंने साह की प्रॉब्लम है, उन्होंने बत्ती बार बार जा रही है, तो बार बार वो मशीन बंद हो रही है, वह भी इरीटेट हो रहे सारे मरीज। इस करके कि बत्ती इन्होंने जाएगी तो मरीज ठीक इदा हो गए, बत्ती नाल पखा चलेगा, जो पखर चलेगा तो डेंगू तो आपे होना। हॉस्पिटल आए थे? असं बबरी हॉस्पिटल आए। ਤੜੀ ਕੇ ਅਧਿਕਾਰੀ ਨਾਲ ਗੱਲ ਹੋਈ ਲਾਈਟ ਬਾਰੇ? ਨਹੀਂ, ਇੱਥੇ ਅਧਿਕਾਰੀ ਲੱਭਣ ਨੂੰ ਕੋਈ ਡਿਆ, ਤੇ ਡਾਕਟਰ ਲੱਭਣਾ ਤੇ ਅਧਿਕਾਰੀ ਕਿੱਥੇ ਲੱਭਣਾ? ਡਾਕਟਰ ਨੇ ਪ੍ਰੋਬਲਮ ਆਂਡੇ ਦੇਖਣ ਮਰੀਜ਼ਾਂ ਨੂੰ ਕੀ ਮੰਗ ਕੀ ਕਰਦੇ ਹੋ? ਕੀ ਬੱਤੀ ਇਹਨਾਂ ਚਿਰ ਨਹੀਂ ਜਾਣੀ ਚਾਹੀਦੀ, ਮਰੀਜ਼ ਫਿਰ ਇੱਦਾਂ ਜ਼ਿਆਦਾ ਬਿਮਾਰ ਹੋਣਗੇ ਮਰੀਜ਼, ਅਤੇ ਇਹ ਆ ਕਿ ਬੱਤੀ ਤਾਂ ਪ੍ਰੋਪਰ ਏ ਸੀ ਇੱਥੇ ਤਾਂ ਹੋਣੀ ਚਾਹੀਦੀ ਨਾ, ਜਿੱਥੇ ਪ੍ਰਾਈਵੇਟ ਰੂਮ ਵਾਲੇ ਬਣਾਇਆ ਇਹਨਾਂ ਨੇ, ਐਮਰਜੈਂਸੀ ਵਾਰਡ ਆਏ ਇਹਨਾਂ ਨੂੰ, ਤਾਂ ਪ੍ਰਾਈਵੇਟ ਐਮਰਜੈਂਸੀ ਵਾਰਡ ਦੀ ਨਹੀਂ ਆ ਰਹੀ? ਨਹੀਂ ਆ ਰਹੀ। ਕਿੰਨੀ ਦੇਰ ਹੋ ਗਈ ਲਾਈਟ ਗਈ? ਅੱਧਾ ਘੰਟਾ ਹੋ ਚੱਲਿਆ ਸੀ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਜਤਿੰਦਰ ਸਿੰਘ, ਗੁਰਦਾਸਪੁਰ ਤੋਂ ਆਏ ਹਾਂ ਆਪਾਂ। ਇੱਥੇ ਸਾਡੇ ਮਤਲਬ ਕਿ ਰਿਸ਼ਤੇਦਾਰੀ ਰਿਲੇਟਿਵਸ ਆ, ਜਸਵੰਤ ਸਿੰਘ ਨਾਂ ਉਹਨਾਂ ਦਾ, ਪਿੰਡ ਗਾਦਰੀਆਂ ਤੋਂ। ਅਤੇ ਅੰਦਰ ਐਕਸੀਡੈਂਟ ਹੋ ਗਿਆ ਸੀ, ਐਮਰਜੈਂਸੀ ਕੇਸ ਸੀ ਮਤਲਬ, ਅਤੇ ਆਪਾਂ ਇੱਥੇ ਆਏ ਹਾਂ। ਇੱਥੇ ਉਹਨਾਂ ਤੋਂ ਵੇਖ ਲਓ ਤੁਹਾਡੇ ਸਾਹਮਣੇ ਨਾ ਤਾਂ ਕੋਈ ਬੱਤੀ ਆ, ਦੋ ਤਿੰਨ ਵਾਰੀ ਚੱਲ ਗਈ ਆ ਮਤਲਬ ਇੱਦਾਂ ਹੀ। ਅਤੇ ਆਪਾਂ ਕਹਿੰਦੇ ਦਿੱਕਤ ਹੋਣ ਡੀ ਆ, ਨਾ ਇਹਨਾਂ ਨੇ ਜਨਰੇਟਰ ਕੋਈ ਸਟਾਰਟ ਕੀਤਾ ਨਾ ਕੁਛ ਆ, ਠੀਕ ਆ। ਇੱਥੋਂ ਆਪਾਂ ਪਹਿਲਾਂ ਸਕੈਨਿੰਗ ਇਹਨਾਂ ਦੀ ਕਰਾਈ ਆ, ਉਦੋਂ ਤੱਕ ਹੈਗੀ ਬੱਤੀ, ਹੁਣ ਜਦੋਂ ਲਿਆਂਦਾ ਇੱਥੇ ਅਤੇ ਉਹ ਹੈ ਨਹੀਂ। ਬਜ਼ੁਰਗ ਬੰਦੇ ਆ, ਉੱਥੋਂ ਸਾਰੇ ਵੀ ਤੁਹਾਨੂੰ ਪਤਾ ਉਹ ਦਿੱਕਤ ਹੁੰਦੀ ਹਰ ਇੱਕ ਬੰਦੇ ਨੂੰ, ਅਤੇ ਕੋਈ ਫੈਸਿਲਿਟੀ ਨਹੀਂ ਹੈਗੀ ਇਹਨਾਂ ਦੀ, ਠੀਕ ਨਹੀਂ। ਅਤੇ ਇੱਥੇ ਤਾਂ ਫਿਰ ਇਹੀ ਆ ਕਿ ਮਤਲਬ ਆਪਾਂ ਕਿਹਨੂੰ ਕਹੀਏ, ਜਾਂ ਤਾਂ ਮਤਲਬ ਡਾਕਟਰ ਆ, ਜਨਰੇਟਰ ਦੀ ਫੈਸਿਲਿਟੀ, ਜਨਰੇਟਰ ਦੀ ਫੈਸਿਲਿਟੀ ਹੁਣ ਮਿਲੇਗੀ ਤਾਂ ਫਿਰ ਹੀ ਹੈ ਨਾ। ਸਰਕਾਰੀ ਹਸਪਤਾਲਾਂ ਦੇ ਇਹ ਹਾਲਾਤ, ਆਪਾਂ ਫਿਰ ਕਿੱਥੇ ਜਾਈਏ? ਮਾੜਾ ਬੰਦਾ ਪ੍ਰਾਈਵੇਟ ਜਾ ਨਹੀਂ ਸਕਦਾ ਭਾਈ, ਠੀਕ ਨਹੀਂ। ਸਰਕਾਰੀ ਆਉਣਾ, ਸਰਕਾਰੀ ਸਾਨੂੰ ਫੈਸਿਲਿਟੀ ਨਹੀਂ ਮਿਲਦੀ, ਬਹੁਤ ਮਤਲਬ ਕਿ ਗਲਤ ਗੱਲ ਆ, ਠੀਕ ਨਹੀਂ। ਇਹਦੇ ਸਰਕਾਰ ਨੂੰ ਚਾਹੀਦਾ ਜੇ ਧਿਆਨ ਦੇਣਾ ਚਾਹੀਦਾ, ਇੱਥੋਂ ਦੇ ਲਾਗੇ ਛਾਗੇ ਜਿਹੜੇ ਪ੍ਰਸ਼ਾਸਨ ਆ, ਜਿੱਦਾਂ ਹੁਣ ਪੁਲਿਸ ਵਾਲੇ ਆ, ਠੀਕ ਨਹੀਂ, ਇਹਨਾਂ ਨੂੰ ਦੇਖਣਾ ਚਾਹੀਦਾ। ਹੋਰ ਤਾਂ ਆਪਾਂ ਬਸ ਇਹੀ ਕਹਿੰਦੇ ਹਾਂ ਕਿ ਪੇਸ਼ੈਂਟ ਨੂੰ ਕੋਈ ਦਿੱਕਤ ਨਾ ਆਏ। ਕਹਿ ਦਿਓ ਆਪਾਂ ਸਿਵਲ ਹੋਸਪਿਟਲ ਆਏ ਹਾਂ ਗੁਰਦਾਸਪੁਰ ਭਾਈ, ਬੱਬਰੀ ਬਾਈਪਾਸ 'ਤੇ। ਜਿਹੜੀ ਹੈ ਇਸ ਸੰਬੰਧ ਵਿੱਚ ਜਿਹੜੀ SMO ਸਿਵਲ ਹੋਸਪਿਟਲ ਹੈ, ਉਹਨਾਂ ਨਾਲ ਵੀ ਗੱਲ ਕਰ ਲਈ ਹੈ। ਉਹਨਾਂ ਵੱਲੋਂ ਦੱਸਿਆ ਗਿਆ ਵੀ ਇਹ ਲਾਈਟ ਦੀ ਜਿਹੜੀ ਪ੍ਰੋਬਲਮ ਜਿਹੜੀ ਹੈਗੀ ਹੈ, ਟੈਕਨੀਕਲ ਪ੍ਰੋਬਲਮ ਚੱਲ ਰਹੀ ਹੈ। ਇਸ ਸੰਬੰਧ ਵਿੱਚ ਮੇਰੀ ਵੀ ਉੱਚ ਅਧਿਕਾਰੀਆਂ ਨਾਲ, ਇਲੈਕਸ਼ਨ ਸਾਹਿਬ ਨਾਲ ਵੀ ਗੱਲ ਹੋਈ ਹੈ। ਉਹਨਾਂ ਨੇ ਦੱਸਿਆ ਵੀ ਇਹ 132 KV ਦੇ ਉੱਤੇ ਸਿਸਟਮ 'ਚ ਹੀ ਪ੍ਰੋਬਲਮ ਚੱਲਦੀ ਹੈ, ਜਿਹਦੇ ਕਰਕੇ ਲਾਈਟ ਦੀ ਮਤਲਬ ਆਉਣ ਬੜੀ ਪ੍ਰੋਬਲਮ ਆ ਰਹੀ ਹੈ। ਔਰ ਮੈਂ ਇਸ ਸੰਬੰਧ ਵਿੱਚ ਜਿਹੜੀ ਹੈਗੀ ਹੈ ਡਾਕਟਰ ਚੇਤਨਾ SMO ਸਿਵਲ ਹਸਪਤਾਲ ਨੂੰ ਫੋਨ ਕਰਕੇ ਸਖ਼ਤ ਤਰੀਕੇ ਨਾਲ ਕਹਿ ਦਿੱਤਾ ਵੀ ਇੱਥੇ ਜਿਹੜਾ ਆਪਣਾ ਜਨਰੇਟਰ ਹੈ ਉਹਦਾ ਜਿਹੜਾ ਚਲਾਇਆ ਜਾਵੇ, ਜੇ ਕਿਸੇ ਵੀ, ਕਿਉਂਕਿ ਮਰੀਜ਼ ਜਿਹੜੇ ਹੈਗੇ ਸਾਡੀ ਸਭ ਤੋਂ ਪਹਿਲੀ ਪ੍ਰਾਇਰਟੀ ਹੈ, ਸਰਕਾਰ ਦੀ ਪਹਿਲੀ ਪ੍ਰਾਇਰਟੀ ਹੈ, ਇਸ ਕਰਕੇ ਇਹਨਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਨਾ ਆਵੇ। ਸੋ ਇਹਨਾਂ ਨੂੰ ਸਖ਼ਤ ਜਿਹੜੀਆਂ ਹਦਾਇਤਾਂ ਜਿਹੜੀਆਂ ਜਾਰੀ ਕਰ ਦਿੱਤੀਆਂ ਗਈਆਂ। ਇਹ ਸੰਬੰਧ ਜਿਹੜਾ ਹੈਗਾ ਡਾਕਟਰ ਚੇਤਨ ਨਾਲ ਜਿਹੜੀ ਗੱਲ ਹੋ ਗਈ ਹੈ, ਉਹ ਜਿਹੜਾ ਇਸ ਸੰਬੰਧ 'ਚ ਜ਼ਿਆਦਾ ਵਧੀਆ ਦੱਸ ਸਕਦੇ ਆ। ਪਰ ਜੋ ਵੀ ਹੈ ਇਸ ਦੇ ਵਿੱਚ ਉਹਨਾਂ ਨੂੰ ਕਹਿ ਦਿੱਤਾ ਗਿਆ ਵੀ ਜੇ ਤੁਹਾਡੇ ਕੋਲ ਕੋਈ ਵੀ ਪ੍ਰੋਬਲਮ ਹੈਗੀ ਆ, ਇਸ਼ੂ ਹੈਗੀ ਆ, ਸਾਡੇ ਨੋਟਿਸ ਲਿਆਓ, ਪਰ ਜਿਹੜਾ ਮਰੀਜ਼ਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਨਹੀਂ ਆਉਣੀ ਚਾਹੀਦੀ। ऐसी सभी और खबरों के लिए लाइक कीजिए हमारा फेसबुक का ये पेज, और यूट्यूब पर सब्सक्राइब कीजिए हमारा पेज, और देखते रहिए पंजाब केसरी।